ਕਿਉਂਕਿ ਕੱਲ ਕਣਕ ਇਨਸ਼ਾਅੱਲਾ ਕੱਲ ਪਕਾਤ ਲੱਗੀ, ਕੱਲ ਦੀ ਵੀ ਡੋਊਆ ਸੀ ਇਨਸ਼ਾਅੱਲਾ। ਮੇਰਾ ਵਾ ਮਨ ਵੀ ਮੌਲਵੀ ਦੀ ਗੱਲ ਤਿਆਰੀ ਹੈ ਜੀ, ਅਤੇ ਮੈਂ ਆਖਿਆ ਅਗਰ ਇਹ ਗਿਆ ਤਾਂ ਮੈਂ ਵੇਖਾਂ। ਜੁੰਮੇ ਦਾ ਵੀ ਟਾਈਮ ਥੀ ਚੁੱਕੇ ਤਾਂ ਅੱਜ ਮੈਂ ਜੁੰਮੇ ਤੋਂ ਲਿਆ ਨਹੀਂ, ਕਿਉਂਕਿ ਅੱਜ ਤਬੀਅਤ ਥੋੜ੍ਹੀ ਜਿਹੀ ਖਰਾਬ ਹੋਈ ਅਤੇ ਕੰਮ ਖੁਦ ਤੁਹਾਨੂੰ ਆ ਗਈ ਮੈਂ ਲੱਤੇ ਵਾਲੀ ਕਰ ਕੇ ਨਾ। ਸਲਾਮ ਅਲੈਕੁਮ, ਕੀ ਹਾਲ ਚਾਲ ਵਿਊਅਰ, ਉਮੀਦ ਕਰੇ ਨਾ ਠੀਕ ਹੋ ਤੂੰ ਸਾਡੇ ਦੇ ਪਿਓ ਐਂਡਰੋਇਡ ਵਲੋਗਰ ਚੈਨਲ ਕੋ ਸਬਸਕ੍ਰਾਈਬ ਕਰ ਦਿਵਾ ਹੈ, ਬੈਲ ਆਈਕਨ ਤੇ ਪ੍ਰੈਸ ਕਰ ਦਿਵਾ ਹੈ ਤੇ ਚੈਨਲ ਕੋ ਵੀ ਸਬਸਕ੍ਰਾਈਬ ਕਰ ਦਿਵਾ ਹੈ ਤਾਂ ਵੀਡੀਓ ਕੋ ਐਂਡ ਤੱਕ ਡੀਟਾ ਕਰੋ। ਤਾਂ ਅੱਜ ਸੁਣੀਏ ਕਿ ਆਪਣੀ ਕਣਕ ਤੇਰੀ ਨਾ ਕਟਿੰਗ ਦੀ ਪਈ ਹੈ, ਪਤਾ ਨਹੀਂ ਕੱਟੇ ਸੂ ਜਾਂ ਕੱਪੜਾ ਪੋਤੀ ਥਾ ਕੋ ਜੇਰਾ ਵੀਡੀਓ ਦੇ ਸੀ ਉਹ ਕਿਲੋ ਦਾਣੇ ਦਾ ਮਿਲ ਸੀ। ਹਾਂ ਅਨਾਉਂਸਮੈਂਟ ਕਰ ਦੀ ਤੇ ਸੇ ਬਣੇ ਲੱਤੇ ਵਾਲੀ ਕਰ ਕੇ ਨਾ। ਨੱਕ ਦੇ ਗੀਤਾ ਵੇ ਗੀਤੀ ਵਾਲੇ ਕੀ ਹੁੰਦੇ ਕਰ ਕੇ ਨੀ ਬਈ ਕਰ ਕੇ ਨੀ ਬਸ ਲੜਨਾ ਤੂੰ ਕੱਟ ਜਾ। ਠੀਕ ਹੈ ਬਸ ਠੀਕ ਹੈ ਬਸ ਦੱਸ ਹੁਣ ਮੈਂ ਨਾ ਕਹਿ ਕੱਲੇ ਕਾ ਥੀ ਚੁੱਕੇ ਤਾਂ ਅੱਜ ਮੈਂ ਜੁੰਮੇ ਤੋਂ ਲਿਆ ਨਹੀਂ, ਕਿਉਂਕਿ ਅੱਜ ਤਬੀਅਤ ਥੋੜ੍ਹੀ ਜਿਹੀ ਖਰਾਬ ਹੋਈ ਅਤੇ ਕੰਮ ਵੀ ਅੱਜ ਜ਼ਿਆਦਾ ਕੀਤਾ, ਮੈਂ ਜਿੱਥੇ ਹਰੜਾ ਵੀ ਸਿੱਟ ਹੋਇਆ ਮੰਮੀ ਜਾਣੇ, ਕਿਉਂਕਿ ਕੰਮ ਅੱਜ ਜ਼ਿਆਦਾ ਕੀਤਾ ਇਸ ਵਾਸਤੇ ਡਰਦੇ ਇੱਥੇ ਪੁੱਠੋਂ ਪਿਆ ਸੀ, ਤਾਂ ਇਸ ਵਾਸਤੇ ਮੈਂ ਜੁੰਮੇ 'ਤੇ ਨਹੀਂ ਗਿਆ। ਤਾਂ ਫਿਰ ਵੀ ਮੈਂ ਆਖੇ ਜੁੰਮੇ 'ਤੇ ਤਾਂ ਨਹੀਂ ਗਿਆ, ਕਿਉਂ ਨਾ ਘਰ ਹੀ ਨਮਾਜ਼ ਪੜ੍ਹ ਜੂੰ ਮਸਜਿਦ ਨਾਲੇ ਜੁੰਮੇ 'ਤੇ ਜਿਹੜਾ ਹੈ ਨਾ ਘੰਟਾ ਡੇਢ ਉਵੇਂ ਬਾਹਰ ਤੱਕ ਵਜਾ ਇੱਥੇ ਫਸੇ, ਮੈਂ ਆਖੇ ਮੈਂ ਘਰ ਨਮਾਜ਼ ਪੜ੍ਹ ਗਈ ਸਾਂ ਤਾਂ ਹੁੰਦੇ ਵਾਜੂ ਘਰ 'ਤੇ ਘਰ ਹੀ ਨਮਾਜ਼ ਪੜ੍ਹ ਗਈ, ਮੈਂ ਜੁੰਮੇ 'ਤੇ ਲੱਗੀ ਆ ਇਹਨੂੰ ਹੱਥ ਮੂੰਹ ਧੋ ਗਿਨੇ ਹੈ ਤੂੰ ਸਭ ਮਿਲਦੇ ਹਾਂ ਹਾਲੀ ਤੂੰ ਹੱਥ ਮੂੰਹ ਧੋ ਗਿਨੂੰ ਅੱਜ ਜਦੋਂ ਨਮਾਜ਼ ਤਾਂ ਪੜ੍ਹੋ ਕੰਮ ਮਸੀਹ ਜੁਲਦੇ ਪਏ ਹੈ। ਚਲੋ ਮੈਂ ਕਿ ਜੁੰਮੇ 'ਤੇ ਤਾਂ ਯਾਨੀ ਮੈਂ ਉਤਾਂ ਮੈਂ ਡੇਢ ਘੰਟੇ ਬਹਾਣੇ ਪਾਉਣਾ ਮੈਂ ਵੀ ਇੱਕ ਥੱਕਾ ਵਜਾ, ਮੈਂ ਕਿ ਚਲੋ ਵਧੀਆ ਨਮਾਜ਼ ਅਦਾ ਕਰ ਗਈ ਨਾ ਅੱਜ ਜੁੰਮੇ ਦਾ ਦੀ ਜੁੰਮੇ ਵਾਲੇ ਦੀ ਨਮਾਜ਼ ਸੁਣਾ ਤਾਂ ਅੱਛਾ ਨਹੀਂ ਲੱਗਿਆ ਨਾ ਇਸ ਵਾਸਤੇ ਮੈਂ ਕਿ ਚਲੋ ਘਰ ਹੀ ਪੜ੍ਹ ਗਈ ਨਮਾਜ਼ ਖਲੋਟੀ ਖਲੋਟੀ ਸਾਫ ਥਈ ਪਈ ਹਾਂ ਯਾਰ, ਪਹਿਲੀ ਦਫ਼ਾ ਸਾਰੀ ਘਰ ਵਿੱਚ ਮੰਨੀ ਗਈ ਹੈ ਅਤੇ ਸਾਫ ਥਈ ਪਈ ਹੈ, ਬਸ ਕੱਟੀ ਜਾਣ ਕੋ ਬਾਕੀ ਡੂਡੀ ਰਹਿ ਗਏ ਸੇ ਸ਼ੁਕਰੇ ਸਕੂਲ ਦੀਆਂ ਛੁੱਟੀਆਂ ਕੋਈ ਬਾਕੀ ਡੂਡੀ ਰਹਿ ਗਏ, ਕਿਉਂਕਿ ਡੂਡੀ ਬਾਤ ਵੱਲ ਕਣਕ ਕੱਪੜੇ ਸਨ ਉਹ ਤਾਂ ਕੱਪੜੇ ਸਨ ਰੈਪਰ ਅਤੇ ਮਸੀਤ ਆ ਗਏ ਯਾਰ, ਮਸੀਤ ਤੋਂ ਗੱਲ ਬਾਤ ਨਮਾਜ਼ ਪੜ੍ਹ ਗਏ ਹੁੰਦੀ ਨੂਰ ਹਰ ਕੋਈ ਤਾਂ ਜੁੰਮੇ 'ਤੇ ਅੱਜ ਤਾਂ ਮਸੀਤ
ਖਾਲੀ ਪਏ ਇੱਥੇ ਮੌਲਵੀ ਸਾਹਿਬ ਹੋਣੇ ਹਨ, ਨਮਾਜ਼ ਪੜ੍ਹੀ ਨਹੀਂ ਹਨ, ਨਾ ਆਪਣਾ ਪੜ੍ਹੋ। ਹੋ ਨਮਾਜ਼ ਹੁਣ ਪੜ੍ਹ ਕੇ ਜਾਂ ਜੁਲਦੇ ਪਏ ਹਾਂ ਘਰ ਦੀ ਤਰਫ। ਮੇਰੇ ਵਿਆਹ ਹੋਣੇ ਤਾਂ ਜੁੰਮੇ ਤੇ ਗਏ ਵਦਨ ਉਹਨੇ ਦਾ ਸਾਰੇ ਖੁਦ ਕਹਿਣਾ ਆਪਣੀ ਦਾ ਵਿਆਹ ਸੀ ਹਾਲੀ ਬਸ ਤਕਰੀਰਾਂ ਕਹਿੰਦੇ ਬੇਟੇ ਮੈਂ ਨਮਾਜ਼ ਪੜ੍ਹ ਕੇ ਦੀ ਜੁਲਦੇ ਪਏ ਹਾਂ ਘਰ ਦੀ ਤਰਫ। ਯਾਰ ਥੱਕਾ ਉਹਦਾ ਮੇਰੇ ਕੰਨੀ ਅੱਜ ਫੁਰਸਾਤੀ ਕਹਿੰਦੀ ਤੇ ਉਹਦੀ ਯਾਰ ਕਿਆ ਕਰਾਂ। ਚਲੋ ਕੋਈ ਨਹੀਂ ਹੁਣ ਜੁਲਦੇ ਹਾਂ ਦੇਖਦੇ ਹਾਂ ਕਈ ਕੰਮ ਸ਼ਾਮ ਅਸੀਂ ਤਾਂ ਉਹ ਕਰਨੇ ਹਾਂ ਜਾਂ ਕੰਮ ਬੰਮ ਪਏ ਤੇ ਆ ਘਰ ਸ਼ਰਤ ਵੱਲ ਜ਼ਰੇ ਰੈਸਟ ਕਰੇ ਸੋਆ ਲੈਟੀ ਠੀਕ ਕਰੇ ਸੂਈਓ ਕਰੇ ਸੋਆ ਦਈਆਂ ਤੇਰਾ ਸੁੱਖਾ ਕਾਫੀ ਕੰਮ ਹੋਣੇ ਯਾਰ ਵਿਆਹ ਤੇ ਚੀਜ਼ ਸਫਾਈਆਂ ਕਈ ਆਮ ਗੱਲ ਨਾ ਸਮਝਾਈ ਦੀ ਵਿਆਹ ਤੇ ਜਾਣ ਦੀ ਤੁਸਾਂ ਕੋ ਮਿਲਦੇ ਹਾਂ ਬਸ ਥੋੜ੍ਹੀ ਦੇਰ ਦੇ ਬਾਅਦ। ਚਲੋ ਭਾਈ ਚਲੋ 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 ਟਿਕਟ ਦੂ ਲਓ ਟਿਕਟ ਦੂ ਟਿਕਟ ਦੂ ਟਿਕਟ ਦੂ ਪੈਸੇ ਦਿਓ ਅੱਲਾ ਕੇ ਵਾਸਤੇ। ਯਹਾਂ ਪਰ ਕਿਉਂ ਹੈ ਕੱਪੜੇ ਕੱਪੜੇ ਦੇ ਸਹੀ ਨਮਾਜ਼ ਪੜ੍ਹ ਤੇ ਆ ਚੁੱਕੇ ਨੇ ਜੁਮਾ ਨਮਾਜ਼ ਕਿਉਂਕਿ ਮੈਂ ਤਾਂ ਨਹੀਂ ਪੜ੍ਹੀ ਹਾਂ ਤੁਹਾ ਕੋ ਪਤਾ ਹੈ ਮੈਂ ਕਾਵੜਾ ਦਾ ਜਵਾਨਾ ਕਰੇ ਤਬੀਅਤ ਖਰਾਬ ਹੋਈ ਇੰਨੀ ਕਿਆ ਬਾਕੀ ਤਬੀਅਤ ਖਰਾਬ ਹੋਈ ਥੋੜ੍ਹਾ ਬਹੁਤਾ ਕੰਮ ਕਰੇ ਨਹੀਂ ਹੈ ਬਸ ਉਹ ਸਭ ਮਿਲਦੇ ਆਏ ਤਬ ਤੱਕ ਆਪੇ ਤਾਂ ਵੀ ਲੋਕ ਕੋਈ ਐਂਡ ਕਰ ਦੇਵਾਂ ਲੇਕਿਨ ਮਜਬੂਰੀ ਹੈ ਯਾਰ ਲੋਕ ਅੱਜ ਤੱਕ ਕਾਫੀ ਥੋੜ੍ਹਾ ਹੈ ਕਿਉਂਕਿ ਪੰਜ ਛੇ ਮਿੰਟ ਦਾ ਇੱਥੇ ਵਾਸਤੇ ਦਿਨ ਨਹੀਂ ਆਦਾ ਪਿਆ ਕਿ ਲੋਕ ਕੋਈ ਥਾਈ ਐਂਡ ਕਰੂ ਕਿਉਂਕਿ ਕੱਲ੍ਹ ਕਣੇ ਇਨਸ਼ਾ ਅੱਲਾ ਕੱਲ੍ਹ ਪਕਾਤ ਲੱਗਦੀ ਕੱਲ੍ਹ ਦੀ ਵੀਡੀਓ ਆ ਸੀ ਇਨਸ਼ਾ ਅੱਲਾ ਮੇਰਾ ਵਾ ਮਨ ਹੋਈ ਮੌਲਵੀ ਦੀ ਕੱਲ੍ਹ ਤਿਆਰੀ ਹੈ ਅਤੇ ਮੈਂ ਆਖਿਆ ਘਰ ਗਿਆ ਤਾਂ ਮੈਂ ਵੇਖਾਂ ਮੈਂ ਕਿ ਇੱਕ ਪਾਸਾ ਕਨੇ ਓਪਸ਼ਨ ਹੈ ਤੁਸਾਂ ਇੱਕ ਉੱਭੀ ਗਿਆ ਹੈ ਹਫਤੇ ਬਾਅਦ ਵੱਲ ਦੇਖਾਂ ਮੈਂ ਕਹਿਣਾ ਵੇਖਾਂ ਵੱਲ ਮੇਰੀ ਗੱਲ ਤਾਂ ਇਹ ਕੈਮ ਠੀਕ ਹਨ ਇੱਥੇ ਵਾਸਤੇ ਇਹਦੀ ਤਿਆਰੀ ਰੁਕਵੈਮ ਇਹ ਜਵਾਨ ਸਹੀ ਬੱਚੇ ਰਹੇ ਸੀ ਮਾਮੇ ਦੀ ਆ ਗੁੰਮ ਸੀ ਇੱਥੇ ਵਾਸਤੇ ਵੱਲ ਮੈਂ ਕਿ ਚਲੋ ਹਫਤਾ ਟਿਕ ਬੱਚੇ ਕਿੱਥੇ ਤੇ ਮਾਮੇ ਦੀ ਆ ਕਿਆ ਹੁੰਦੀ ਹੈ ਮਾਮੇ ਦੀ ਵਾੜੀ ਗੁੰਮ ਸੀ ਕਿਰਦੇ ਆਖਿਆ ਵੀ ਬੱਚੇ ਫੁੱਟਦੇ ਦੇਖਾ ਲਾਈਵ ਪਰੂਫ ਦੇਖਾ ਕਿਆ ਬਲੂ ਉਹ ਗੱਲ ਕਰੇ ਦਾ ਪਿਆ ਲੋਕ ਕਿਤੇ ਐਡ ਕਰੇ ਦਾ ਵੀ ਮਿਲਦੇ ਆ ਅਗਲੇ ਵੀਲੋ ਕਿ ਤਬ ਤੱਕ ਕਿਤੇ ਅੱਲਾ ਹਾਫਿਜ਼ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ 'ਤੇ ਪ੍ਰੈਸ ਕਰ ਦਿਓ।